Warm welcome to all my viewers. Today I am discussing about to the very emotional and interesting story related to the Kabli wala of the class 6 of English books. This chapter is based upon to the emotion of our father when he was left to his daughter for earning a money, and after that when. He was close to his uh, daughter. What will be uh, happening with Kabuli BALA in this story? We are talking about in detail. So all we students, we are joining to us and try to be uh, watch this video till end. And I will also be, uh, give there some important question answers in the end of this, this video. Now we are starting from this Kabliwala. Start Hunda ਕਾਬੁਲ ਤੋਂ ਆਉਣ ਵਾਲਾ ਬੰਦਾ ਹੁੰਦਾ ਵਾ ਕਾਬੁਲ ਜਿਹੜਾ ਕਿ ਅਫਗਾਨਿਸਤਾਨ ਦੇ ਵਿੱਚ ਹੈ ਤਾਂ ਉੱਥੋਂ ਆਉਣ ਵਾਲੇ ਪਰਸਨ ਨੂੰ ਜਿਹੜਾ ਕਿ ਇੱਕ ਮੁਸਲਮਾਨ ਹੁੰਦਾ ਜਿਹਨੂੰ ਅਸੀਂ ਪਠਾਨ ਕਹਿੰਦੇ ਆ ਤਾਂ ਉਹਨੂੰ ਅਸੀਂ ਕਾਬਲੀ ਵਾਲਾ ਕਹਿੰਦੇ ਆ ਥੀ ਅ ਸਟੋਰੀ ਆਫ ਕਾਬਲੀ ਵਾਲਾ ਰਿਟਨ ਬਾਈ ਟੀਆ ਰਵਿੰਦਰਨਾਥ ਟੈਗੋਰਸ ਵਨ ਆਫ ਟੀਆ ਗ੍ਰੇਟੈਸਟ ਰਾਈਟਰਸ ਟੀ ਅਵਾਰਡ ਆਫ ਟੀ ਨੋਵਲ ਪ੍ਰਾਈਜ਼ ਆਫ ਟੀ ਲਿਟਰੇਚਰ ਔਨ ਥਿਸ ਅਡਾਪਸ਼ਨ ਆਫ ਟੀ ਸਟੋਰੀ ਇਸ ਸਟੋਰੀ ਦੇ ਰਿਲੇਟਡ ਉਹਨਾਂ ਨੂੰ ਕੀ ਨੋਵਲ ਪ੍ਰਾਈਜ਼ ਮਿਲਿਆ ਵਾ ਰਵਿੰਦਰਨਾਥ ਟੈਗੋਰ ਜੀ ਨੂੰ ਬਹੁਤ ਹੀ ਇਮੋਸ਼ਨਲ ਸਟੋਰੀ ਆ ਤੇ ਬੇਸਡ ਹੈਗੀ ਆ ਇੱਕ भी किस तरीके अपनी बेटी प्यार करता वा स्टार्ट करते हैं लिटल मिनी बॉस टू दाइव ईयर ओल्ड एंड लिट एंड ग्रेट चैटर बॉक्स शी सिंपली कुड नॉट टू बी आ लीव विदाउट चैटिंग ऑल द टाइम्स हर मदर वॉज ऑफन टू बरिड अबाउट द नॉन स्टॉप टॉकिंग ऑफ द अ मिनी ट्राइड टू बी अलेंस सर बट नो वन कुड बी अ थिंक ऑफ द मिनी बींगस टू क्वाइट हर ਕਨਵਰਸੇਸ਼ਨ ਵਿਦ ਹਰ ਫਾਦਰ ਵਾਸ ਆਲਵੇਸ ਬੀ ਆ ਲਾਈਵਲੀ ਕਹਿੰਦੇ ਜਿਹੜੀ ਲਿਟਲ ਮਿਨੀਆ ਉਹ 5 ਸਾਲ ਦੀ ਇੱਕ ਛੋਟੀ ਜਿਹੀ ਬੱਚੀ ਆ ਜਿਹੜੀ ਕਿ ਗੱਲਾਂ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਆ ਉਹ ਇੱਕ ਸਿੰਪਲੀ ਉਹ ਜਿਹੜੀ ਆ ਚੈਟਿੰਗ ਕਰਨ ਤੋਂ ਬਿਨਾਂ ਜਾਨ ਕੀ ਬਿਨਾਂ ਬੋਲੇ ਉਹ ਰਹਿ ਨਹੀਂ ਸਕਦੀ ਹੈਗੀ ਉਹਦੀ ਮੰਮੀ ਨੂੰ ਇਸੇ ਚੀਜ਼ ਦਾ ਡਰ ਆ ਵੀ ਉਹ ਕੀ ਆ ਨਾਨ ਸਟਾਪ ਬੋਲਦੀ ਹੋ ਰਹਿੰਦੀ ਆ ਤੇ ਉਹਨੂੰ ਟਰਾਈ ਕਰਦੀ ਆ ਵੀ ਉਹ ਚੁੱਪ ਰਹੇ ਪਰ ਉਹ ਕਦੇ ਵੀ ਮਿੰਨੀ ਨੇ ਕਦੇ ਵੀ ਆਪਣੇ ਆਪ ਨੂੰ ਚੁੱਪ ਨਹੀਂ ਰੱਖ ਸਕੀ ਉਹ ਹਮੇਸ਼ਾ ਆਪਣੇ ਪਿਤਾ ਦੇ ਨਾਲ ਗੱਲਾਂ ਕਰਦੀ ਰਹਿੰਦੀ ਆ ਤੇ ਉਹਨਾਂ ਨਾਲ ਡਿਸਕਸ ਕਰਦੀ ਰਹਿੰਦੀ ਆ ਆ ਦੇਖੋ ਆ ਦਿਖਾਇਆ ਗਿਆ ਇੱਕ ਬੱਚੀ ਨੂੰ ਜਿਹੜਾ ਕਿ ਡੋਰ ਓਪਨ ਕਰਦੀ ਆ ਤੇ ਸਾਹਮਣੇ ਕਾਬਲੀ ਵਾਲੇ ਨੂੰ ਦਿਖਾਇਆ ਗਿਆ ਵਾ ਤੇ ਕਾਬਲੀ ਵਾਲਾ ਜਿਹੜਾ ਵਾ ਦਿਖਾਇਆ ਗਿਆ ਵੀ ਕਾਬਲੀ ਵਾਲਾ ਕਿਸ ਤਰੀਕੇ ਨਾਲ ਉਹ ਕੁੜੀ ਨੂੰ ਪਿਆਰ ਕਰਦਾ ਵਾ ਕਿਸ ਤਰੀਕੇ ਨਾਲ ਉਹ ਨੂੰ ਜਿਉਂਦਾ ਵਾ ਸੀ ਇਸ ਚੀਜ਼ ਦੇ ਬਾਰੇ ਪੂਰਾ ਪੜ੍ਹਾਂਗੇ ਚੈਪਟਰ ਦੇ ਵਿੱਚ ਦੇਖੋ ਵਨ ਡੇ ਵਨ ਡੇ ਦੀ ਮਿਨੀ ਬੋਸ ਬਸਟਿੰਗ ਇਨਟੂ ਹਰ ਫਾਦਰਸ ਸਟੱਡੀਜ਼ ਸ਼ੀ ਪੁਟ ਹਰ ਆਰਮਸ ਅਰਾਊਂਡ ਟੂ ਅਸਰ ਐਂਡ ਵਾਟ 杜 ਯੂ ਥਿੰਕ ਫਾਦਰ ਭੋਲਾ ਸੇਸ देयर वाज ਐਨ ਐਲੀਫੈਂਟ ਵੀ ਜਿਹੜੇ ਇੱਕ ਦਿਨ ਕੀ ਹੁੰਦੀ ਆ ਉਹ ਆਪਣੇ ਪਿਤਾ ਨੂੰ ਜਾ ਕੇ ਜਫੀ ਪਾ ਲੈਂਦੀ ਆ ਜਿੱਥੇ ਉਹ ਕੀ ਆ ਉਹ ਸਟੱਡੀ ਰੂਮ ਦੇ ਵਿੱਚ ਪੜ ਰਹੇ ਹੁੰਦੇ ਆ ਤੇ ਉਹ ਪੁੱਛਦੀ ਆ ਪਿਤਾ ਜੀ ਤੁਸੀਂ ਕੀ ਸੋਚ ਰਹੇ ਹੋ ਜਾਂ ਕੀ ਥਿੰਕ ਕਰ ਰਹੇ ਹੋ ਤਾਂ ਉਹ ਦੱਸਦਾ ਭੋਲਾ ਜਿਹੜਾ ਉਹਦੇ ਪਿਤਾ ਦਾ ਨਾਮ ਆ ਉਹ ਕਹਿੰਦਾ ਜੀ ਮੈਂ ਇੱਕ ਐਲੀਫੈਂਟ ਬਾਰੇ ਸੋਚ ਰਿਹਾ ਹਾਂ ਇੰਡੀਆ ਕਲਾਊਡ ਬਲੋਇੰਗਸ ਯਰ ਵਾਟਰ ਆਊਟ ਆਫ ਟੂ ਯਰ ਟਰੰਕਸ ਐਂਡ ਥੈਟ ਇਜ਼ ਵਾਈ ਦੀ ਇਟਸ ਰੇਨ ਬਿਫੋਰ ਕੁਡ ਬੀ ਅ ਰਿਪਲਾਈ ਸ਼ੀ ਰੇਨ ਟੂ ਦੀ ਵਿੰਡੋਜ਼ ਕਰਾਇੰਗ ਕਾਬਲੀ ਵਾਲਾ ਕਾਬਲੀ ਵਾਲਾ ਵੀ ਉਹ ਦਸਤਾਵਾ ਵੀ ਉਹ ਕੀ ਆ ਬੱਦਲਾਂ ਦੇ ਵਿੱਚੋਂ ਮੀਂਹ ਉਹੀ ਪਾਉਂਦਾ ਵਾ ਆਪਣੇ ਸੁੰਡ ਦੇ ਵਿੱਚੋਂ ਪਾਣੀ ਗੜਦਾ ਤੇ ਉਹਦੇ ਨਾਲ ਮੀਂਹ ਪੈ ਜਾਂਦਾ ਵਾ ਉਸ ਰਿਪਲਾਈ ਤੋਂ ਪਹਿਲਾਂ ਹੀ ਜਿਹੜੀ ਮਿਨੀ ਆ ਉਹਨੂੰ ਕੀ ਆ ਇੱਕ ਵਿੰਡੋ ਦੇ ਵਿੱਚੋਂ ਆਵਾਜ਼ ਆਉਂਦੀ ਆ ਕਾਬਲੀ ਵਾਲਾ ਕਾਬਲੀ ਵਾਲਾ ਮਿਨੀ कॉल्ड आउट टू द ਕਾਬਲੀ ਵਾਲਾ ਬਟ ਵੈਨ ਹੀ ਲੁੱਕਡ ਹਰ ਸ਼ੀ ਵਾਸ ਟੂ ði ਟੈਰਰ ਐਂਡ ਰਨ ਅਵੇ ਟੂ ਹਰ ਫਾਦਰਜ਼ ਸ਼ੀ ਹੈਡ ਅ ਹੇਅਰ ਟੂ ði ਕਾਬਲੀ ਵਾਲਾ ਕੈਚ ਟੂ ði ਬॉयਜ਼ ਚਿਲਡਰਨਸ ਐਂਡ ਪੁਟ ðiਮ ਇਨ ðiਰ ਸੈਕਸ ਐਂਡ ਟੁਕ them away the akabli wala came to the minis house and her father made to the assure the mini come out and met him ਵੀ ਜਿਹੜੇ ਮਿਨੀ ਆ ਉਹ ਕਾਬਰੀ ਵਾਲੇ ਨੂੰ ਬੁਲਾਉਂਦੀ ਆ ਜਦੋਂ ਉਹਨੂੰ ਦੇਖਦੀ ਆ ਤਾਂ ਡਰ ਜਾਂਦੀ ਆ ਤੇ ਉਹ ਆਪਣੇ ਪਿਤਾ ਕੋਲ ਭੱਜ ਜਾਂਦੀ ਆ ਤੇ ਉਹ ਜਦੋਂ ਕਹਿੰਦੀ ਆ ਵੀ ਕਾਬਲੀ ਵਾਲਾ ਜਿਹੜਾ ਵਾ ਉਹਨੇ ਸੁਣਿਆ ਸੀ ਵੀ ਕੀ ਆ ਉਹ ਬੱਚਿਆਂ ਨੂੰ ਫੜ ਲੈਂਦਾ ਵਾ ਤੇ ਉਹਨੂੰ ਆਪਣੀ ਇੱਕ ਬੋਰੀ ਜਿਹੜੀ ਹੁੰਦੀ ਆ ਉਹਦੇ ਵਿੱਚ ਪਾ ਕੇ ਉਹਨੂੰ ਲੈ ਜਾਂਦਾ ਵਾ ਕਾਬਲੀ ਵਾਲਾ ਜਿਹੜਾ ਵਾ ਉਹ ਮਿਨੀ ਦੇ ਘਰ ਜਾਂਦਾ ਵਾ ਉਹਦੇ ਪਿਤਾ ਇਸ ਚੀਜ਼ ਨੂੰ ਇਨਸ਼ੋਰ ਕਰਦੇ ਆ ਵੀ ਜਿਹੜੀ ਮਿਨੀ ਆ ਉਹ ਕਿਹਾ ਕਾਬਲੀ ਵਾਲੇ ਨੂੰ ਮਿਲੇ ਸੋਨ ਦੀਆ ਮਿਨੀ ਲਾਸਟ ਹਰ ਟੂ ði ਫੀਅਰ ਆਫ ਹਿਮ ਇਟ ਵਾਸ ਟੂ ði ਐਜੋਏ ਟੂ ਵਾਚ ði ਅ 빅 ਬਰੀਡ ਪਠਾਨ ਕਾਲਡ ਟੈਰਡਲ ਐਂਡ ði ਲਿਟਲ 5 ਇਅਰ 올ਡ ਵੀ ਜਿਹੜਾ ਹੁਣ ਕੀ ਆ ਜਿਹੜੀ ਮਿਨੀ ਆ ਉਹਦਾ ਡਰ ਜਿਹੜਾ ਭੱਜ ਜਾਂਦਾ ਵਾ ਉਹ ਹੁਣ ਉਹਨੂੰ ਕਾਫੀ ਵਧੀਆ ਲੱਗਦਾ ਵਾ ਉਹਦੀ ਇੱਕ ਲੰਬੀ ਜੀ ਦਾੜ੍ਹੀ ਆ ਜਿਹੜਾ ਪਠਾਨ ਦੀ ਜਿਹੜਾ ਕਿ ਉਹ 5 ਸਾਲ ਦੀ ਕੁੜੀ ਦੇ ਨਾਲ ਗੱਲਾਂ ਕਰਦਾ ਵਾ ਕਾਬਲੀ ਵਾਲਾ ਵਾਸ ਨੋਟ ਟੂ ਦੀ ਹੈ ਡੇਲੀ ਵਿਜ਼ਿਟਰ ਟੂ ਦੀ ਮਿਨੀਜ਼ ਹਾਊਸ ਦੇ ਵੁਡ ਸਿਟ ਐਂਡ ਚੈਟ ਆਰਸ ਐਂਡ ਕ੍ਰੈਕਸ ਦੀ ਹੈ ਜੋਕਸ ਵਿਦ ਈਚ ਅਦਰਸ ਕਿਹੜਾ ਕਾਬਲੀ ਵਾਲਾ ਹੁਣ ਡੇਲੀ ਮਿਨੀ ਦੇ ਘਰ ਆਉਂਦਾ ਵਾ ਤੇ ਉਹ ਦੋਹੀ ਜਣੇ ਬੈਠਦੇ ਆ ਗੱਲਾਂ ਕਰਦੇ ਆ ਕਈ ਘੰਟਿਆਂ ਤੱਕ ਤੇ ਇੱਕ ਦੂਸਰੇ ਨਾਲ ਹਾਸਾ ਮਜ਼ਾਕ ਵੀ ਕਰਦੇ ਆ ਕਾਬਲੀ ਵਾਲਾ ਉਹ ਕਾਬਲੀ ਵਾਲਾ what do you got in your bags minis would ask ਕਾਬਲੀ ਵਾਲਾ ਕਹਿੰਦਾ ਉਹ ਨੂੰ ਪੁੱਛਦੀ ਆ ਉਹ ਕਾਬਲੀ ਵਾਲਾ ਉਹ ਕਾਬਲੀ ਵਾਲਾ ਤੁਸੀਂ ਆਪਣੇ ਬੈਗ ਦੇ ਵਿੱਚ ਕੀ ਰੱਖਦੇ ਹੋ ਮਿਨੀਓ ਤੋਂ ਪੁੱਛਦੀ ਆ ਐਨਾ এলিਫੈਂਟ ਆਨਸਰਡ ਦੀਆ ਕਾਬਲੀ ਵਾਲਾ then two of them would be a laugh loudly ਫਿਰ ਉਹ ਕਹਿੰਦਾ ਵੀ ਮੈਂ ਆਪਣੇ ਬੈਗ ਦੇ ਵਿੱਚ ਇੱਕ ਹਾਥੀ ਰੱਖਿਆ ਆ ਦੋਹੀ ਜਣੇ ਹਸਣ ਲੱਗ ਜਾਂਦੇ ਆ ਅੱਧ ਦਿਖਾਇਆ ਗਿਆ ਕਾਬਲੀ ਵਾਲਾ ਜਦੋਂ ਉਹ ਪਹਿਲੀ ਵਾਰ ਉਸ ਕੁੜੀ ਨੂੰ ਦੇਖਦਾ ਵਾ ਤਾਂ ਆਪਣੇ ਪਿਤਾ ਨੂੰ ਜਾ ਕੇ ਜੱਫੀ ਪਾ ਲੈਂਦੀ ਆ ਤੇ ਕਾਬਲੀ ਵਾਲਾ ਉਹਦੇ ਨਾਲ ਗੱਲਾਂ ਕਰਦਾ ਵਾ ਐਨਾ এলিਫੈਂਟ ਆਨਸਰ ਦਿਆ ਕਾਬਲੀ ਵਾਲਾ ਦੈਨ ਥੀਅਰ ਟੂ ਆਫ ਥੈਮ ਵੁੱਡ ਬੀ ਅ ਲਾਫਟਰ ਅ ਲਾਊਡ ਵਾਂਸ ਅ ਡੇ ਥੀਅਰ ਰਹਿਮਾਨ ਵੋ ਆਫ ਥੈਟ ਵਾਸ ਥੀ ਅ ਕਾਬਲੀ ਵਾਲਾ ਨੇਮ ਵੁੱਡ ਬੀ ਅ ਗੋ ਬੈਕ ਟੂ ਹਿਸ ਓਨ ਕੰਟਰੀ ਹੀ ਵੁੱਡ ਟੂ ਥੀਅਰ ਫਰਸਟ ਕਲੈਕਟ ਥੀਅਰ ਆਲ ਮਨੀ ਥੈਟ ਥੀਅਰ ਪੀਪਲ ਸੋ ਔਨ ਹਿਮ ਬਿਫੋਰ ਹੀ ਲੈਫਟ but through, uh, through he was busy rahman always we have found time to the little visit to the mini kande ik saal ohne rahman nahinnes, rahman jehda ki qabli wala da naam si ohne socha bi oh apne wapas apne desh jave ja ta kar ke oh lokan to jehde inhane paise laye hoye si ge unna to paise collect karan layi janda si ga te unna to jan ton pehla rahman chahe jinna marzi busy hunda si oh ta vi mini de kol janda si te onu mil ke aunda si one day there was a the lot of to the noise in the street rahman was stuffed a man who honored him money for the the crime he sent to the prison vi jada kabli wala siga ya rahman siga oh ek street de vich bahut jada shor pa reya hi rahman ne ki kita murder karta ji ek bande da jine ohde paise laye sige is crime de layi onu ki jail bheja ja reha si ਟਾਈਮ ਵਾਸ ਪਾਸਟ ਮਿਨੀ ਸੂਨਸ ਫੋਰਗੇਟ ਹਰ 올ਡ ਫਰੈਂਡ ਦਿਆ اور ਕਾਬਲੀ ਵਾਲਾ ਸ਼ੀ ਵਾਸ ਗਰੋ ਅਪ ਇਨਟੂ ਦਿਆ ਪ੍ਰੀਟੀ ਊਮਨ ਹਰ ਫਾਦਰ ਵਾਸ ਮੇਡ ਟੂ ਦ ਅਰੇਂਜਮੈਂਟ ਫਾਰ ਦ ਮਿਨੀਸ ਵਿਡਿੰਗ ਵੀ ਜਿਹੜਾ ਹੁਣ ਉਹ ਕਾਫੀ ਸਮਾਂ ਨਿਕਲ ਚੁੱਕਿਆ ਸੀ ਮਿਨੀ ਆਪਣੇ ਪੁਰਾਣੇ ਦੋਸਤ ਕਾਬਲੀ ਵਾਲੇ ਨੂੰ ਭੁੱਲ ਚੁੱਕੀ ਸੀ ਹੁਣ ਉਹ ਕੀ ਆ ਇੱਕ ਸੋਹਣੀ ਜੀ ਔਰਤ ਬਣ ਚੁੱਕੀ ਸੀ ਤੇ ਉਹਦੇ ਪਿਤਾ ਜੀ ਹੁਣ ਉਹਦੀ ਮੈਰਿਜ ਦੇ ਲਈ ਪੈਸੇ ਇਕੱਠਾ ਕਰ ਰਹੇ ਸੀ ਮਿਨੀ ਵਾਸ ਗੈਟਿੰਗ ਟੂ ਦੀ ਮੈਰੀਡ ਐਟ that night as her father sat in his study room a man came up and salute him respectively at the once he did not recognize him ਜਿਹੜਾ ਮਿਨੀ ਸੀਗੀ ਹੁਣ ਉਹਦਾ ਮੈਰਿਜ ਦੀ ਰਾਤ ਸੀਗੀ ਜਿਹੜੇ ਉਹਦੇ ਪਿਤਾ ਸੀ ਕਿ ਉਹਦੀ ਸਟਡੀ ਰੂਮ ਦੇ ਵਿੱਚ ਬੈਠੇ ਹੋਏ ਸੀਗੇ ਤਾਂ ਇੱਕ ਬੰਦਾ ਉਹਦੇ ਕੋਲ ਆਉਂਦਾ ਵਾ ਤੇ ਉਹਨਾਂ ਨੂੰ ਸਤਿਕਾਰ ਨਾਲ ਸਲੂਟ ਕਰਦਾ ਵਾ ਪਹਿਲਾਂ ਤਾਂ ਉਹਨਾਂ ਨੇ ਉਹਨੂੰ ਨਹੀਂ ਪਛਾਣਿਆ ਸੂਨ ਹੀ ਵਾਸ ਰਿਅਲਾਈਜ਼ ਇਟ ਵਾਸ ਦੀ ਓਲਡ ਰਹਿਮਾਨ ਦੀ ਕਾਬਲੀ ਵਾਲਾ ਦੀ ਮਿਨਿਸ ਫਾਦਰ ਸਟੋਲਡ ਹਿਮ देयर ਵਾਸ ਐਨ ਅ ਸੈਰੇਮਨੀ ਗੋ ਔਨ ਥੈਟ ਹੀ ਸ਼ੁੱਡ ਕੇਮ ਟੂ ਦੀ ਅਨਦਰ ਡੇ ਫਿਰ ਉਹ ਨੂੰ ਰਿਅਲਾਈਜ਼ ਕਰਦਾ ਵੀ ਉਹ ਕੀ ਆ ਓਲਡ ਰਹਿਮਾਨ ਆ ਜਿਹੜਾ ਕਿ ਕਾਬਲੀ ਵਾਲਾ ਸੀ ਮਿਨੀ ਦਾ ਪਿਤਾ ਜੀ ਉਹਨੂੰ ਕਹਿੰਦੇ ਆ ਵੀ ਭਾਈ ਹੁਣ ਸਾਡੇ ਕੀ ਆ ਕੋਈ ਫੰਕਸ਼ਨ ਚੱਲ ਰਿਹਾ ਵਾ ਤੁਸੀਂ ਕਿਸੇ ਹੋਰ ਦਿਨ ਆਇਓ ਔਰ ਦਿਖਾਇਆ ਜਾ ਰਿਹਾ ਵੀ ਕਿਸ ਤਰੀਕੇ ਨਾਲ ਕਾਬਲੀ ਵਾਲੇ ਨੂੰ ਜਿਹੜੇ ਪੁਲਿਸ ਵਾਲੇ ਉਹ ਫੜ ਕੇ ਲੈ ਜਾਂਦੇ ਆ ਮਿਨੀ ਬਹੁਤ ਜ਼ਿਆਦਾ ਰੋਂਦੀ ਹੈ ਕਿਉਂਕਿ ਉਹਦੀ ਬਹੁਤ ਜ਼ਿਆਦਾ ਅਟੈਚਮੈਂਟ ਹੁੰਦੀ ਹੈ ਉਹ ਇਹ ਚੀਜ਼ ਵਿਸ਼ਵਾਸ ਨਹੀਂ ਕਰ ਸਕਦੀ ਵੀ ਰਹਿਮਾਨ ਨੇ ਕੋਈ ਕ੍ਰਾਈਮ ਕੀਤਾ ਹੋਵੇਗਾ ਤੇ ਇਸ ਕਰਕੇ ਜਦੋਂ ਉਹਨੂੰ ਲੈ ਕੇ ਜਾਂਦੇ ਆ ਤਾਂ ਮਿਨੀ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਵਾ ਉਹ ਆਪਣੇ ਇਸ ਸਦਮੇ ਨੂੰ ਬੇਰਤਾਸ਼ ਨਹੀਂ ਕਰ ਪਾਉਂਦੀ ਕਈ ਦਿਨ ਉਹ ਤਾਂ ਬੋਲਦੀ ਵੀ ਨਹੀਂ ਬਟ ਫਿਰ ਉਹ ਨਾਰਮਲ ਹੋ ਜਾਂਦੀ ਹੈ ਹੀ ਵਾਸ ਅਬਾਊਟ ਟੂ ਥੇਅਰ ਲੀਵ ਥੈਮ ਟੂ ਥੇਅਰ ਟਰਨਸ ਅਰਾਊਂਡ ਐਂਡ ਸੈਡ ਮੇ ਆਈ ਸੀ ਦੀ ਲਿਟਲ ਵਨ ਸਰ ਫਿਰ ਉਹ ਜਾਣ ਤੋਂ ਪਹਿਲਾਂ ਉਹ ਪਿੱਛੇ ਮੁੜ ਕੇ ਦੇਖਦਾ ਉਹ ਕਹਿੰਦਾ ਕੀ ਸਰ ਮੈਂ ਉਹ ਛੋਟੀ ਜੀ ਲੜਕੀ ਨੂੰ ਦੁਬਾਰਾ ਦੇਖ ਸਕਦਾ ਵਾਂ ਹੀ ਸਟਿਲ ਥੌਟ ਦੀ ਮਿਨੀ ਵਾਸ ਅ ਲਿਟਲ ਗਰਲਸ ਰਨਿੰਗ ਟੂ ਹਿਮ ਐਂਡ ਕਾਲਿੰਗ ਦੀ ਕਾਬਲੀ ਵਾਲਾ ਉਹ ਕਾਬਲੀ ਵਾਲਾ ਹੀ ਥੌਟ ਦੇ ਵੁੱਡ ਬੀ ਅ ਟਾਕ ਐਂਡ ਲਾਫ एज एन दे हैड टू बी अ डन लौंग भी वह सोचता भी वो मिनी की हले भी छोटी जी कुी आते बुलाऊगा तो वो वो आएगी वह काबली वाला वो काबली वाला तो अभी दोनों बैठा तो काफ़ी गल् करा तो हासा मजाक करा कई साल बाद मिनीस फादर टोल्ड हिम वंस मोर दैट देर वॉज़ टू दैरेमनी द काबली वाला दैन गिव हिम टू दॉकट ऑफ टू द ड्राई रेस नट्स एंड आलमंडस टू दिनी एंड सैड गिव दीज ऑफ द वन भी हूँ जोड़ा वो ਕਾਬਲੀ ਵਾਲਾ ਵਾ ਆਪਣੇ ਪਾਕਟ ਦੇ ਵਿੱਚ ਹੱਥ ਪਾਉਂਦਾ ਵਾ ਉਹਦੇ ਵਿੱਚੋਂ ਉਹ ਦਾਖਾ ਬਦਾਮ ਕੱਢ ਕੇ ਉਹ ਦੇ ਦਿੰਦਾ ਉਹ ਕਹਿੰਦਾ ਇਹ ਮਿਨੀ ਨੂੰ ਦੇ ਦਿਓ ਜਿਹੜੀ ਕਿ ਉਹ ਛੋਟੀ ਜੀ ਕੁੜੀ ਸੀ ਟੂ ਆਈ ਟੂ ਹੈਵ ਟੂ ਬੀ ਅ ਲिटल ਵਨ ਲਾਈਕ ਹਰ ਐਂਡ ਆਈ ਥਿੰਕ ਹਰ ਐਂਡ ਬ੍ਰਿੰਗਸ ਯੂ ਥਿਸ ਫਰੂਟ ਕਹਿੰਦੇ ਵੀ ਉਹ ਕੀਆ ਮਿਨੀ ਨੂੰ ਲਾਦਾ ਉਹ ਛੋਟੀ ਜੀ ਕੁੜੀ ਉਹਨੂੰ ਹਲੇ ਵੀ ਇਹ ਚੀਜ਼ ਵਧੀਆ ਲੱਗਦੀ ਆ ਤੁਸੀਂ ਉਹਨੂੰ ਜਾ ਕੇ ਦਿਓ ਆ ਫਰੂਟ ਉਹ ਖਾਲੇਗੀ ਮਿਨੀਸ ਫਾਦਰ ਕੁਡ ਨਾਟ ਕੰਟਰੋਲ ਹਿਸ ਟੀਅਰਸ ਹੀ ਰੀਅਲਾਈਜ਼ਡ ਥੈਟ Realize that the poor Kabliwala was also a father he called to the mini uh, who came so ਆਊਟ ਆਫ ਡਰੈਸ ਐਜ ਏ ਬ੍ਰਿਡਲ ਵੀ ਜਿਹੜੀ ਮਿਨੀ ਆ ਉਹ ਕੀ ਆ ਉਹਦੇ ਪਿਤਾ ਉਹ ਆਪਣੇ ਹੰਝੂ ਰੋਕ ਨਹੀਂ ਸਕਦੇ ਕਿਉਂਕਿ ਉਹ ਵੀ ਪਤਾ ਵਾ ਉਹ ਕੀ ਹੈ ਇੱਕ ਗਰੀਬ ਪਿਤਾ ਵਾ ਕਾਬਲੀ ਵਾਲਾ ਅਤੇ ਉਹ ਮਿਨੀ ਨੂੰ ਬੁਲਾਉਂਦਾ ਵਾ ਜਿਹੜੀ ਕਿ ਉਹ ਆ ਦੁਲਹਨ ਦੀ ਡਰੈਸ ਦੇ ਵਿੱਚ ਬਾਹਰ ਆਉਂਦੀ ਆ ਦੀ ਆ ਕਾਬਲੀ ਵਾਲਾ ਵਾਸ ਸ਼ੌਕ ਟੂ ਸੀ ਦੀ ਆ ਮਿਨੀ ਦੀ ਆ ਲਿਟਲ ਗਰਲਸ ਹੀ ਹੈਡ ਨੋਨ ਹੈਡ ਗਰੋਨ ਅਪ ਟੂ ਦੀ ਆ ਬਿਊਟੀਫੁੱਲ ਵੂਮੈਨ ਕਹਿੰਦੇ ਉਹ ਕਾਬਲੀ ਵਾਲਾ ਸੋ ਦੇਖ ਕੇ ਹੈਰਾਨ ਰਹਿ ਜਾਂਦਾ ਵੀ ਜਿਹੜੀ ਮਿਨੀ ਉਹ ਜਿਹੜੀ ਛੋਟੀ ਜੀ ਨੂੰ ਜਾਣਦਾ ਸੀ ਉਹ ਹੁਣ ਇੱਕ ਵੱਡੀ ਹੋ ਚੁੱਕੀ ਆ ਅਤੇ ਇੱਕ ਸੁੰਦਰ ਔਰਤ ਬਣ ਚੁੱਕੀ ਆ ਹੀ ਸਡਨਲੀ ਰਿਲਾਈਜ਼ ਦੈਟ ਹਿਜ਼ ਔਨ ਡੋਟ ਡਾਟਰਸ ਪੁੱਡ ਹੈਵ ਟੂ ਗਰੋਨ ਅਪ ਐਂਡ ਬ੍ਰੋਕਨ ਇਨ ਟੂ ਦੀਅਰ ਟੀਅਰਸ ਉਹ ਵੀ ਹੁਣ ਸੋਚਦਾ ਵੀ ਉਹਦੀ ਜਿਹੜੀ ਆਪ ਦੀ ਡਾਟਰ ਹੋਏਗੀ ਜਿਹਨੂੰ ਉਹ ਕਾਬ ਜਿਹਨੂੰ ਉਹ ਕਾਬੁਲ ਦੇ ਵਿੱਚ ਛੱਡਿਆ ਆਇਆ ਸੀਗਾ ਕਿਉਂਕਿ ਉਹਦੇ ਕੋਲ ਪੈਸੇ ਨਹੀਂ ਸੀ ਪੈਸੇ ਕਮਾਉਣ ਲਈ ਇੰਡੀਆ ਆਇਆ ਸੀ ਅਤੇ ਹੁਣ ਉਹ ਵੀ ਵੱਡੀ ਹੋ ਚੁੱਕੀ ਹੋਊਗੀ ਉਹਦੇ ਵੀ ਹੰਝੂਆਂ ਦਾ ਟਿਕਾਣਾ ਨਹੀਂ ਰਹਿੰਦਾ ਉਹ ਵੀ ਰੋਣ ਲੈ ਜਾਂਦਾ ਮਿਨੀ ਇਜ਼ ਫਾਦਰ ਟੁੱਕ ਹਿਮ ਸਮ ਮਨੀ ਐਂਡ ਗਿਵ ਟੂ ਦੀਅਰ ਰਹਿਮਾਨ ਐਂਡ ਸੈਟ ਗੋ ਐਂਡ ਸੀ ਯੂਅਰ ਡਾਟਰ ਐਂਡ ਮੇ ਯੂ ਹੈਵ ਆਲ ਦੀਅਰ ਹੈਪੀਸ ਹੈਪੀਨੈਸ ਦੀ ਮਿਨੀ ਦੇ ਜਿਹੜੇ ਪਿਤਾ ਹੁੰਦੇ ਆ ਉਹ ਕੁਝ ਕੁ ਪੈਸੇ ਕੱਢਦੇ ਆ ਤੇ ਰਹਿਮਾਨ ਨੂੰ ਦੇ ਦਿੰਦੇ ਆ ਤੇ ਉਹਨੂੰ ਕਹਿੰਦੇ ਆ ਜਾ ਤੂੰ ਆਪਣੀ ਡਾਟਰ ਨੂੰ ਦੇਖ ਤੇ ਉਹਦੇ ਨਾਲ ਖੁਸ਼ੀਆਂ ਦੇ ਦਿਨ ਬਿਤਾ ਮਿਨੀਸ ਫਾਦਰ ਹੈਡ ਕਟ ਡਾਊਨ ਟੂ ਦੀ ਐਕਸਪੈਂਸ ਆਫ ਦੀ ਵੇਡਿੰਗ ਜਿਹੜੇ ਮਿਨੀ ਦੇ ਪਿਤਾ ਨੇ ਉਹ ਪੈਸੇ ਜਿਹੜੇ ਕਿ ਉਹਨੇ ਵਿਆਹ ਲਈ ਬਚਾਏ ਹੁੰਦੇ ਆ ਉਹਦੇ ਵਿੱਚੋਂ ਥੋੜੇ ਪੈਸੇ ਕੱਢ ਕੇ ਉਹਨੂੰ ਦੇ ਦਿੰਦਾ ਵਾ ਹੀ ਕੁਡ ਨਾਟ ਅਫੋਰਡ ਟੂ ਦੀ ਮਿਲਟਰੀ ਬੈਂਡ and electrical lights but he was happy that the money had helped her to the lost long lost father to meet, meet his only daughter once again kande oye oh, so da vi jehde mai paise ne chal mai hun ede naal military band te jehde electrical lights ne o nahi afford kar sakunga par o fir bhi is cheez le khush hunda bhola bi ohne jehde paise ne o ik pitanu ditteya jehda ki kai salan to kho chukya si apni daughter nu laban ਲੱਭਣ ਦੇ ਲਈ ਹੁਣ ਉਹ ਆਪਣੀ ਡਾਟਰ ਕੋਲ ਵਾਪਸ ਜਾ ਸਕਦਾ ਵਾ ਤਾਂ ਆ ਦਿਖਾਇਆ ਗਿਆ ਵਸ ਜਦੋਂ ਉਹਨਾਂ ਦੀ ਬੈਡਿੰਗ ਹੁੰਦੀ ਆ ਮਿਨੀ ਦੀ ਤਾਂ ਉਸ ਸਮੇਂ ਜਿਹੜਾ ਕਾਬਲੀ ਵਾਲਾ ਉੱਥੇ ਆਉਂਦਾ ਵਾ ਤੇ ਉਹਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਤੇ ਰੋਂਦਾ ਵਾ ਕਾਫੀ ਕਿਉਂਕਿ ਉਹ ਵੀ ਆਪਣੀ ਇੱਕ ਕੁੜੀ ਨੂੰ ਯਾਦ ਕਰਦਾ ਵਾ ਉਹ ਯਾਦ ਕਰਦਾ ਵੀ ਪੁਰਾਣੇ ਸਮਿਆਂ ਦੇ ਵਿੱਚ ਉਹ ਕਿਸ ਤਰੀਕੇ ਨਾਲ ਕਾਬਲੀ ਵਾਲਾ ਜਿਹੜਾ ਸੀ ਉਹ ਮਿਨੀ ਨਾਲ ਗੱਲਾਂ ਕਰਦਾ ਹੁੰਦਾ ਸੀ ਕਿਉਂਕਿ ਉਹਨੂੰ ਆਪਣੀ ਡਾਟਰ ਉਹ ਮਿਨੀ ਦੇ ਵਿੱਚ ਦੇਖਦੀ ਹੁੰਦੀ ਸੀ ਉਹ ਵੀ 5 ਸਾਲ ਦੀ ਸੀ ਹੁਣ ਉਹ ਵੀ ਵੱਡੀ ਹੋ ਗਈ ਹੋਗੀ ਉਹ ਸੋਚਦਾ ਵੀ ਹੁਣ ਜਦੋਂ ਮੈਂ ਵਾਪਸ ਜਾਊਂਗਾ ਤਾਂ ਮੇਰੀ ਲੜਕੀ ਮੈਨੂੰ ਕਿਵੇਂ ਦੇਖੇਗੀ ਉਹ ਪਛਾਣੇਗੀ ਵੀ ਕਿ ਨਹੀਂ ਪਛਾਣੇਗੀ ਕਿਉਂਕਿ ਕਈ ਸਾਲ ਬੀਤ ਚੁੱਕੇ ਨੇ ਤਾਂ ਉਹ ਇਸ ਚੀਜ਼ ਲਈ ਰੋਂਦਾ ਹੁੰਦਾ ਪਰ ਉਹ ਪੈਸੇ ਲੈ ਕੇ ਉਹ ਏਸੀ ਸਟੋਰੀ ਕਾਬਲੀ ਵਾਲਾ ਹੁਣ ਅਸੀਂ ਇਹਦੇ ਜਿਹੜੇ ਜਿਹੜੇ ਇਹਦੇ ਅਸੀਂ ਅਸਾਈਨਮੈਂਟਸ ਜਿਹੜੀਆਂ ਨੇ ਜਾਂ ਫਿਰ ਤੁਸੀਂ ਕਹੋ ਜਿਹੜਾ ਇਹਦੇ ਵੀ ਕੁਐਸਚਨ ਆਨਸਰ ਤੇ ਵਰਡ मीनिंग ਨੇ ਉਹ ਲਿਖ ਰਹੇ ਹਾਂ ਦੇਖੋ ਫਸਟ ਹੈਗਾ ਚੈਟਰ ਬਾਕਸ ਇਹਦਾ ਮਤਲਬ ਹੁੰਦਾ ਟਾਕ ਐਕਟਿਵਲੀ ਬਹੁਤ ਜ਼ਿਆਦਾ ਗੱਲਾਂ ਕਰਨੀਆਂ ਬਰਿਡ ਅਪਸੈਟ ਕਿਸੇ ਚੀਜ਼ ਤੋਂ ਉਦਾਸ ਹੋਣਾ ਕਨਵਰਸੇਸ਼ਨ ਟਾਕ ਕਿਸੇ ਨਾਲ ਗੱਲਾਂ ਕਰਨੀਆਂ ਲਿਵਿੰਗਲੀ ਫੁੱਲ ਆਫ ਲਾਈਫ ਪੂਰੀ ਲਾਈਫ ਦੇ ਲਈ ਕਰਾਇਮ ਅਪਨਿਸ਼ਮੈਂਟ ਐਕਟ ਪੈਨਿਸ਼ੇਬਲ ਐਕਟ ਵੀ ਕੋਈ ਗਲਤ ਕੰਮ ਕਰਨਾ ਜਿਹਦੇ ਲਈ ਤੁਹਾਨੂੰ ਪਨਿਸ਼ ਕੀਤਾ ਜਾਵੇ ਰੈਕੋਨਾਈਜ਼ ਆਇਡੈਂਟੀਫਾਈ ਕਿਸੇ ਨੂੰ ਪਛਾਣ ਲੈਣਾ ਨੈਕਸਟ ਹੈ ਸਾਡੇ ਕੋਲ ਇਸ ਚੈਪਟਰ ਦੇ ਕੁਐਸਚਨ ਆਨਸਰ ਫਰਸਟ ਹੈਗਾ ਹੂ ਵਾਸ ਦੀ ਮਿਨੀ ਮਿਨੀ ਕੌਣ ਸੀ ਮਿਨੀ ਵਾਸ ਦੀ ਆ 5 ਇਅਰ 올ਡ ਗਰਲ ਐਂਡ ਆ ਗ੍ਰੇਟ ਚੈਟਰਬਾਕਸ ਮਿਨੀ ਜਿਹੜੀ ਸੀ ਉਹ 5 ਸਾਲ 5 ਸਾਲ ਦੀ ਇੱਕ ਲੜਕੀ ਸੀ ਜਿਹੜੀ ਕਿ ਬਹੁਤ ਗੱਲਾਂ ਕਰਦੀ ਸੀ ਦੂਜਾ ਕੁਐਸਚਨ ਹੈ ਵਾਈ ਵਾਸ ਥੀ ਮਿਨੀ ਅਫਰਡ ਅਫੇਅਰ ਟੂ ਥੀ ਕਾਬਲੀ ਵਾਲਾ ਮਿਨੀ ਕਿਉਂ ਅਫੇਅਰ ਸੀ ਕਿਉਂ ਉਹ ਤੋਂ ਡਰ ਰਹੀ ਸੀ ਕਾਬਲੀ ਵਾਲੇ ਤੋਂ ਬਿਕਾਜ਼ ਸ਼ੀ ਹੈਡ ਟੂ ਥਰੋ ਆਫਟੂ ਥੀ ਕਾਬਲੀ ਵਾਲਾ ਕੈਚ ਥੀ ਚਿਲਡਰਨ ਕਿਉਂਕਿ ਉਹ ਇਸ ਚੀਜ਼ ਡਰਦੀ ਸੀ ਵੀ ਜਿਹੜਾ ਕਾਬਲੀ ਵਾਲਾ ਵਾ ਉਹ ਹਰੇਕ ਬੱਚਿਆਂ ਨੂੰ ਫੜ ਲੈਂਦਾ ਵਾ ਬਟ ਵਾਸ ਟੂ ਥੀ ਕਾਬਲੀ ਵਾਲਾ ਸ ਨੇਮ ਵੀ ਕਾਬਲੀ ਵਾਲਾ ਦਾ ਨੇਮ ਕੀ ਸੀ ਹਿਸ ਨੇਮ ਵਾਸ ਰਹਿਮਾਨ ਉਹਦਾ ਨਾਮ ਕੀ ਸੀ ਰਹਿਮਾਨ ਸੀ ਫੋਰਥ ਕੁਐਸਚਨ ਆ ਵਾਈ ਵਾਸ ਟੂ ਦੀ ਕਾਬਲੀ ਪਾਲਾ ਅਰੈਸਟਡ ਕਾਬਲੀ ਪਾਲਾ ਨੂੰ ਕਿਉਂ ਅਰੈਸਟ ਕੀਤਾ ਗਿਆ ਬਿਕਾਉਜ਼ ਹੀ ਵਾਸ ਸਟੱਫਡ ਅ ਮੈਨ ਹੀ ਆਲਸੋ ਹੀ ਵਾਸ ਟੂ ਦੀ ਅਰੈਸਟਡ ਕਿ ਆ ਉਹਨੇ ਇੱਕ ਬੰਦੇ ਦਾ ਕਤਲ ਕੀਤਾ ਸੀ ਤਾਂ ਕਰਕੇ ਉਹਨੂੰ ਕੀ ਕੀਤਾ ਗਿਆ ਉਹਦੇ ਲਈ ਅਡਰੈਸਟ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਫਿਫਥ ਕੁਐਸਚਨ ਲਾਸਟ ਕੁਐਸਚਨ ਆ ਇਸ ਸੈਸ਼ਨ ਦਾ ਵਾਈ ਦੀ ਮਿਨਿਸ ਫਾਦਰ ਕੁਡ ਨਾਟ ਟੂ ਬੀ ਅਫੋਰਡ ਟੂ ਦੀ ਮਿਲਟਰੀ ਬੈਂਡ ਮਿਲਟਰੀ ਬੈਂਡ ਉਹਦੇ ਪਿਤਾ ਜੀ ਕਿਉਂ ਨਹੀਂ ਅਫੋਰਡ ਕਰ ਸਕੇ ਬਿਕੋਜ਼ ਹੀ ਹੈਡ ਟੂ ਦੀ ਗਿਵ ਸਮ ਮਨੀ ਟੂ ਦੀ ਕਾਵਲੀ ਵਾਲਾ ਕਿਉਂਕਿ ਉਹਨੇ ਸਾਰੇ ਜਿਹੜੇ ਪੈਸੇ ਥੋੜੇ ਜਿਹੇ ਪੈਸੇ ਸੀਗੇ ਉਹ ਕਾਵਲੀ ਵਾਲਿਆਂ ਨੂੰ ਦਿੱਤੇ ਤਾਂ ਜੋ ਕੀ ਉਹ ਆਪਣੀ ਡਾਟਰ ਨੂੰ ਮਿਲ ਸਕੇ ਏਸੀ ਕੀ ਸਟੋਰੀ ਕਾਬਲੀ ਵਾਲਾ ਆਈ ਹੋਪ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਜੇਕਰ ਤੁਹਾਨੂੰ ਪਸੰਦ ਆਈ ਤਾਂ ਸੈਸ਼ਨ ਨੂੰ ਲਾਈਕ ਕਰਨਾ ਨਾ ਭੁੱਲੋ ਤੇ ਵੱਧ ਤੋਂ ਵੱਧ ਜਿਹੜੇ ਨੇ ਉਹ ਮੇਰੇ ਚੈਨਲ ਦੇ ਨਾਲ ਜੁੜੋ ਜਸਟ ੂਇਟ ਫਾਰ ਬ੍ਰਾਈਟ ਫਿਊਚਰਸ ਤੇ ਮੇਰੇ ਸੈਸ਼ਨ ਨੂੰ ਦੇਖਣ ਲਈ ਸਾਰਿਆਂ ਦਾ ਥੈਂਕਸ alot so much ਐਂਡ ਆਲਸੋ ਸਬਸਕ੍ਰਾਈਬ ਮਾਈ ਚੈਨਲ ਥੈਂਕਸ alot ਵਾਚਿੰਗ ਫੋਰ ਮਾਈ ਵੀਡੀਓ